ਹਾਂਜੀ ਦੋਸਤੋ, ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਜੱਟ ਬਾਬੇ ਟੈਲੀਵਿਜ਼ਨ ਦੇ ਵਿੱਚ ਲੈ ਕੇ ਇੱਕ ਹੋਰ ਅਪਡੇਟ। ਦੋਸਤੋ, ਜਿਵੇਂ ਕਿ ਸਾਰੇ ਹੀ ਜਾਣਦੇ ਨੇ ਕਿ ਆਏ ਦਿਨ ਸਿੱਧੂ ਮੂਸੇਵਾਲੇ ਦੇ ਗਾਣੇ ਲੀਕ ਹੁੰਦੇ ਰਹਿੰਦੇ ਹਨ। ਇਹ ਸਿੱਧੂ ਮੂਸੇਵਾਲੇ ਨਾਲ ਸ਼ੁਰੂ ਤੋਂ ਹੀ ਚੱਲਦਾ ਆਇਆ ਹੈ ਕਿ ਥੋੜ੍ਹੇ ਦਿਨ ਬਾਅਦ ਕੋਈ ਨਾ ਕੋਈ ਗਾਣਾ ਉਹਨਾਂ ਦਾ ਲੀਕ ਹੋ ਹੀ ਜਾਂਦਾ ਹੈ। ਪਰ ਦੋਸਤੋ, ਸਿੱਧੂ ਮੂਸੇਵਾਲੇ ਦੇ ਜਿੰਨੇ ਵੀ ਗਾਣੇ ਹੁਣ ਤੱਕ ਲੀਕ ਹੋਏ ਹਨ, ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਧੱਕ ਹੀ ਪਾਈ ਹੈ। ਅਤੇ ਦੋਸਤੋ, ਉਸੇ ਤਰ੍ਹਾਂ ਹੁਣ ਇੱਕ ਵਾਰ ਫਿਰ ਸਿੱਧੂ ਮੂਸੇਵਾਲੇ ਦਾ ਇੱਕ ਬਹੁਤ ਹੀ ਵਧੀਆ ਗਾਣਾ ਲੀਕ ਕਰ ਦਿੱਤਾ ਗਿਆ ਹੈ। ਪਰ ਦੋਸਤੋ, ਇਸ ਗੀਤ ਨੇ ਲੀਕ ਹੁੰਦੇ ਹੀ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਅਤੇ ਦੋਸਤੋ, ਜਦੋਂ ਇਸ ਦੇ ਲੀਕ ਵਰਜਨ ਨੇ ਐਡੀ ਜ਼ਿਆਦਾ ਸਫਲਤਾ ਹਾਸਲ ਕਰ ਲਈ ਹੈ, ਤਾਂ ਹੋ ਸਕਦਾ ਹੈ ਕਿ ਸਿੱਧੂ ਮੂਸੇਵਾਲਾ ਜਦੋਂ ਥੋੜ੍ਹੇ ਦਿਨਾਂ ਤੱਕ ਇਸ ਨੂੰ ਆਫੀਸ਼ੀਅਲੀ ਰਿਲੀਜ਼ ਕਰੇਗਾ, ਉਦੋਂ ਵੀ ਇਹ ਗਾਣਾ ਬਹੁਤ ਵੱਡਾ ਹਿੱਟ ਰਹਿਣ ਵਾਲਾ ਹੈ। ਦੋਸਤੋ, ਹਜੇ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦਾ ਟਿੱਬਿਆਂ ਦਾ ਪੁੱਤ ਗੀਤ ਰਿਲੀਜ਼ ਹੋਇਆ ਸੀ। ਟਿੱਬਿਆਂ ਦਾ ਪੁੱਤ ਵੀ ਹੁਣ ਤੱਕ 30 ਮਿਲੀਅਨ ਕ੍ਰੌਸ ਕਰ ਚੁੱਕਿਆ ਹੈ। ਅਤੇ ਦੋਸਤੋ, ਉਸ ਤੋਂ ਕੁਝ ਦਿਨਾਂ ਬਾਅਦ ਹੀ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗਾਣਾ ਰਿਲੀਜ਼ ਹੋਇਆ ਸੀ, ਜੋ ਕਿ ਸੀ ਗਵਾਚਿਆ ਗੁਰਬਖਸ਼, ਜੋ ਕਿ ਬਲਦੇਵ ਸਿੰਘ, ਜੋ ਕਿ ਨਵਾਂ ਸ਼ਹਿਰ ਦੇ ਆਸ ਪਾਸ ਦੇ ਰਹਿਣ ਵਾਲੇ ਸੀ, ਉਹਨਾਂ ਦੀ ਜ਼ਿੰਦਗੀ ਦੇ ਉੱਪਰ ਆਧਾਰਿਤ ਸੀ। ਅਤੇ ਦੋਸਤੋ, ਇਸ ਗੀਤ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਅਤੇ ਪੰਜਾਬ ਪੁਲਿਸ ਨੇ ਵੀ ਇਸ ਗੀਤ ਨੂੰ ਆਪਣੇ ਪੇਜ ਦੇ ਉੱਪਰ ਸ਼ੇਅਰ ਕਰਿਆ ਸੀ। ਅਤੇ ਦੋਸਤੋ, ਸਿੱਧੂ ਮੂਸੇਵਾਲਾ ਦਾ ਗਵਾਚਿਆ ਗੁਰਬਖਸ਼ ਟ੍ਰੈਂਡਿੰਗ ਨੰਬਰ 1 ਦੇ ਵਿੱਚ ਚੱਲ ਰਿਹਾ ਹੈ। ਤਾਂ ਦੋਸਤੋ, ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਵੱਲ, ਜੋ ਕਿ ਹੁਣੇ ਹੁਣੇ ਲੀਕ ਹੋਇਆ ਹੈ। ਪਰ ਦੋਸਤੋ, ਗੀਤ ਵੱਲ ਵਧਣ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਰਿਕੁਐਸਟ ਹੈ, ਜਿਨ੍ਹਾਂ ਨੇ ਆਪਣਾ ਚੈਨਲ ਜੱਟ ਬਾਬੇ ਟੈਲੀਵਿਜ਼ਨ ਸਬਸਕ੍ਰਾਈਬ ਨਹੀਂ ਕਰਿਆ, ਉਹ ਸਬਸਕ੍ਰਾਈਬ ਕਰ ਲੈਣ। ਨਾਲ ਹੀ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ। ਧੰਨਵਾਦ। ਦੇਖ ਅੱਗ ਕਿੰਨੀ ਨੇਮ ਚੜ, ਜਿੱਦੇ ਦਾ ਮੈਂ ਆਇਆ ਸਾਰੇ ਬਾਹਰ ਹੋਏ ਗੇਮ ਚੋਰ, ਮਨੀ ਓ ਮਾ ਮਾਈਂਡ ਕੋਈ ਹੋਰ ਨਹੀਂ ਓ ਏਮ ਚ, ਬੈਰੀ ਟੰਗੇ ਕੰਧਾਂ ਉੱਤੇ ਚੜ ਕੇ ਫਰੇਮ ਚ, ਕੋਈ ਇੱਥੇ ਆਰਮੀ ਨਹੀਂ ਕੱਲੇ ਹੀ ਵਨ ਮੈਨ, ਕਿਸੇ ਨਾਲ ਬੌਂਡ ਨਹੀਂ ਓ ਰੱਬ ਨਾਲ ਸੈਨਾ, ਚਾ ਬੰਦਾ ਕੌਣ ਨੂੰ ਮੈਂ ਆਇਆ ਨਹੀਂ ਓ ਜੱਗ, ਲੰਡੂਆਂ ਨੂੰ ਪਾਰਨੇ ਲਈ ਹੋਇਆ ਮੈਂ ਡਿਜ਼ਾਈਨ, ਈਸਟ ਚੋ ਰਾਈਜ਼ ਆ ਵੈਸਟ ਚ ਬਹਿਣਾ, ਕਿਸੇ ਨਾਲ ਬੌਂਡ ਨਹੀਂ ਓ ਰੱਬ ਨਾਲ ਸੈਨਾ, ਚੰਗਾ ਬੰਦਾ ਕੌਣ ਨੂੰ ਮੈਂ ਆਇਆ ਨਹੀਂ ਓ ਜੱਗ।